ਆਰਡਰ ਦਿੱਤਾ ਹੋਇਆ ਜੀ 10:00 ਤੇ 20 ਮਿੰਟਾਂ ਦਾ। ਸਹੀ ਆ, ਹੁਣ 11:15 ਹੋ ਗਏ ਆ ਤੇ ਹਜੇ ਤੱਕ ਸਾਡੀ ਵਾਰੀ ਨਹੀਂ ਆਈ। ਰਸ਼ ਬਹੁਤ ਜ਼ਿਆਦਾ ਬਾਈ ਜੀ, ਬਰੋਸਟ ਖਾਣ ਆਏ ਹੋਏ ਸੀਗੇ ਅਤੇ ਇੱਥੇ ਬਾਈ ਜੀ ਰਸ਼ ਬਹੁਤ ਜ਼ਿਆਦਾ ਵਾ। ਉੱਪਰ ਤੱਕ ਜਿਹੜਾ ਨਾ ਸਭ ਫੁੱਲ ਹੋਇਆ ਪਿਆ, ਕੰਮ ਬੰਦੇ ਬਾਹਰ ਬੈਠੇ ਹੋਏ ਆ। ਸਾਨੂੰ ਤਕਰੀਬਨ 1 ਘੰਟਾ ਹੋ ਗਿਆ ਆਇਆਂ ਨੂੰ ਅਤੇ ਸਾਨੂੰ ਹੁਣ ਜਗ੍ਹਾ ਲੱਭੀ ਲੈਣ ਵਾਸਤੇ, ਕਿਉਂਕਿ ਰਸ਼ ਬਹੁਤ ਜ਼ਿਆਦਾ ਇੱਥੇ। 2000 years later. ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ, ਅਸਗਰ ਭਾਈ ਲੈ ਕੇ ਆ ਗਏ ਆ। ਦੇਖੋ ਜੀ, ਕਰੋ ਜੀ ਓਪਨ ਜੀ। ਆ ਗਿਆ ਜੀ ਸਾਡਾ ਮਾਲ ਜੀ, ਮਾਸ਼ਾਅੱਲਾ ਆਖਿਰਕਾਰ। ਬਾਈ ਜੀ, ਅਸੀਂ ਆਏ ਹੋਏ ਸੀ ਤਕਰੀਬਨ 10:00 ਤੋਂ, 10:00 ਤੋਂ ਬਲਕਿ ਪਹਿਲਾਂ ਦੇ ਆਏ ਹੋਏ ਸੀਗੇ 9:30 ਦੇ। ਅੱਧੇ 1.25 ਘੰਟੇ ਬਾਅਦ ਸਾਡਾ ਨੰਬਰ ਆਇਆ ਉਹਦਾ ਆਰਡਰ ਦਾ, ਅਤੇ 1 ਘੰਟੇ ਬਾਅਦ ਸਾਡਾ ਆਰਡਰ ਆਇਆ ਅਤੇ ਕੋਈ 20 ਮਿੰਟ ਲੱਗੇ ਖਾਣ 'ਤੇ। ਹੁਣ ਬਾਈ ਜੀ ਅਸੀਂ ਜਾ ਰਹੇ ਹਾਂ ਘਰ। ਅਤੇ ਅਸਗਰ ਬਾਈ, ਕਿੱਦਾਂ ਮਜ਼ਾ ਆਇਆ? ਬਹੁਤ ਮਜ਼ਾ ਆਇਆ, ਲੇਕਿਨ ਪੈਸਾ ਠੰਡਾ ਮਿਲਿਆ ਜਿੰਨਾ ਜ਼ਿਆਦਾ ਸੁਣਿਆ ਸੀ ਨਾ, ਅਲ ਪੈਕ ਖਾਣਾ, ਲੇਕਿਨ ਮਜ਼ਾ ਨਹੀਂ ਆਇਆ ਮੈਨੂੰ। ਅੱਛਾ, ਇਸ ਲਈ ਮੈਂ ਬੋਲਾ ਕਿ ਮੈਂ ਇੱਕ ਅਲ ਪੈਕ ਢੂੰਡਾ ਹੁਆ ਥਾ, ਵੋ ਬਰੋਸ ਕਾ ਵੋ ਜ਼ੈਕਾ ਥਾ। ਸਹੀ ਹੈ, ਇਸਕਾ ਕਿਤਨਾ ਮਜ਼ਾ ਆਤਾ ਥਾ, ਔਰ ਟਾਈਮ ਵੀ ਨਹੀਂ ਲਗਨਾ ਥਾ, ਔਰ ਹਮਨੇ ਆਪਣੇ ਕਈ ਆਪਣੇ ਕਾਮ ਵੋ ਟਾਈਮ ਦੇ ਅੰਦਰ ਆਪਣੇ ਪੂਰੇ ਕੋਈ 5-6 ਕਾਮ ਫਿਰ ਮੇਰੇ ਮੈਨੇ ਵੋ ਹੈਂਡਲ ਕਰ ਲੈਣੇ ਥੇ। ਸਹੀ ਹੈ, ਓਕੇ ਬਾਈ ਜੀ, ਇੱਥੇ ਕਰਦੇ ਵੀਡੀਓ ਦਾ ਐਂਡ, ਤੇ ਇਨਸ਼ਾਅੱਲਾ ਮਿਲਾਂਗੇ ਇੱਕ ਨਈ ਵੀਡੀਓ ਨਾਲ। ਉਨੀ ਦੇਰ ਤੱਕ ਰੱਬ ਰੱਖਾ।